देखो जग दे रौनक मेले देखो जग दे रौनक मेले कुछ खेडन आंदे कुछ खेड के जांदे भंगड़े खुशियां दे ओ पांदे जीते जग जीत ओही बन देने जो रब जी नू नाल सदा ही रख देने मन जीते जग जीत ओही बन देने जो रब जी नू नाल सदा ही रख देने हनेर दिला नू रोशन करके करके ओ मौजां विच झूम के गांदे खुशियां खेड़े ਸਤਿ ਸ਼੍ਰੀ ਅਕਾਲ ਓਮ ਸ਼ਾਂਤੀ ਦੋਸਤੋ ਮੈਂ ਹਾਂ ਸਤਨਾਮ ਕੌਰ ਅਤੇ ਇੱਕ ਵਾਰ ਫਿਰ ਲੈ ਕੇ ਆਈ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਜਿਹਦਾ ਨਾਂ ਹੈ ਖੁਸ਼ੀਆਂ ਖੇੜੇ ਸਾਡੇ ਵਿਹੜੇ ਦੋਸਤੋ ਕਾਮਯਾਬੀ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਣਾ ਕੌਣ ਨਹੀਂ ਚਾਹੁੰਦਾ ਹਰ ਕੋਈ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ 'ਚ ਕਾਮਯਾਬੀ ਆਵੇ ਪਰ ਕੀ ਕਾਮਯਾਬੀ ਸਿਰਫ ਸ਼ੋਹਰਤ ਪਾਉਣਾ ਜਾਂ ਨਾਮ ਕਮਾਉਣਾ ਜਾਂ ਪੈਸੇ ਕਮਾਉਣਾ ਹੀ ਹੈ ਜਾਂ ਕਾਮਯਾਬੀ ਇਸ ਤੋਂ ਵੀ ਉੱਪਰ ਹੈ ਜਾਣਾਂਗੇ ਅੱਜ ਦੀ ਇਸ ਕੜੀ 'ਚ ਅਤੇ ਸਾਡੇ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਅੱਜ ਸਾਡੇ ਨਾਲ ਨੇ ਸਾਹਿਲ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਇੱਕ ਗੱਲ ਜੋ ਸਭ ਦੇ ਜ਼ਿਹਨ 'ਚ ਹੈ ਕਿ ਕਾਮਯਾਬੀ ਜੋ ਹੈ ਹਰ ਕੋਈ ਪਾਉਣਾ ਚਾਹੁੰਦਾ ਹੈ ਅੱਜ ਕੱਲ੍ਹ ਛੋਟਾ ਹੋਵੇ ਵੱਡਾ ਹੋਵੇ ਹਰ ਕੋਈ ਚਾਹੁੰਦਾ ਹੈ ਕਿ ਮੈਂ ਜੋ ਵੀ ਕਰ ਰਿਹਾ ਮੈਂ ਕਾਮਯਾਬ ਹੋਵਾਂ ਪਰ ਕੀ ਕਾਮਯਾਬੀ ਜੋ ਹੈ ਉਹ ਸਿਰਫ ਪੈਸਾ ਕਮਾਉਣ ਨਾਲ ਹੀ ਆ ਜਾਂਦੀ ਹੈ ਜਾਂ ਕਾਮਯਾਬੀ ਇਸ ਤੋਂ ਵੀ ਅੱਗੇ ਕੁਛ ਹੈ ਕਾਮਯਾਬੀ ਜੇ ਅਸੀਂ ਸਕਸੈਸ ਦੇ ਤੌਰ 'ਤੇ ਮੰਨੀਏ ਅਤੇ ਜੇ ਕਿਸੇ ਦਾ ਟਾਰਗੇਟ ਸਿਰਫ ਪੈਸਾ ਹੀ ਕਮਾਉਣਾ ਹੈਗਾ ਤਾਂ ਅਸੀਂ ਉਹਨੂੰ ਕਾਮਯਾਬੀ ਮੰਨਾਂਗੇ ਉਹਦੇ ਵਾਸਤੇ ਮਗਰ ਉਹ ਉੱਥੇ ਤੱਕ ਹੀ ਫਿਰ ਸੀਮਿਤ ਹੋ ਜਾਂਦੀ ਹੈ ਜਿੰਨਾ ਉਹ ਅਚੀਵ ਕਰ ਲਏ ਅਤੇ ਉਹਦੇ ਬਾਅਦ ਉਹਦੇ ਵਾਸਤੇ ਕਾਮਯਾਬੀ ਦੀ ਡੈਫੀਨੇਸ਼ਨ ਹੀ ਬਦਲ ਜਾਂਦੀ ਹੈ ਸੋ ਕਾਮਯਾਬੀ ਕੋਈ ਇੱਕ ਅੰਤ ਨਹੀਂ ਹੈ ਸਿਰਫ ਇੱਕ ਸ਼ੁਰੂਆਤ ਹੈ ਤੁਹਾਡਾ ਪਹਿਲਾ ਜੋ ਗੋਲ ਹੈ ਉਹ ਤੁਹਾਡੀ ਕਾਮਯਾਬੀ ਹੈ ਉੱਥੇ ਤੱਕ ਕੋਈ ਛੋਟੇ ਤੋਂ ਛੋਟੀ ਚੀਜ਼ ਵੀ ਜੋ ਤੁਸੀਂ ਕਰਨਾ ਚਾਹੋ ਤੁਸੀਂ ਉਹਨੂੰ ਕਰ ਲੈਂਦੇ ਹੋ ਤੁਹਾਡੇ ਵਾਸਤੇ ਕਾਮਯਾਬੀ ਹੈ ਬਸ ਇੰਨੀ ਜਿਹੀ ਗੱਲ ਹੈ ਮਤਲਬ ਜਿੱਦਾਂ ਹਰ ਇੱਕ ਬੰਦੇ ਦੇ ਹਿਸਾਬ ਨਾਲ ਕਾਮਯਾਬੀ ਅਲੱਗ ਅਲੱਗ ਚੀਜ਼ ਹੈ ਜੋ ਤੁਸੀਂ ਗੋਲ ਫੜ ਕੇ ਚੱਲ ਰਹੇ ਹੋ ਅਗਰ ਉਹ ਗੋਲ ਤੁਸੀਂ ਅਚੀਵ ਕਰ ਲਿਆ ਤਾਂ ਉਹ ਕਾਮਯਾਬੀ ਹੈ ਪਰ ਹੁਣ ਕਾਮਯਾਬੀ ਦੇ ਨਾਲ ਬਹੁਤ ਸਾਰੀ ਹੋਰ ਚੀਜ਼ਾਂ ਵੀ ਜੁੜੀਆਂ ਹੋਈਆਂ ਹੁੰਦੀਆਂ ਹੈ ਕਿ ਕਾਮਯਾਬ ਹੋਣ ਲਈ ਇਹੋ ਜਿਹੀ ਕਿਹੜੀ ਕਿਹੜੀ ਚੀਜ਼ਾਂ ਹੈ ਕਿਹੜੇ ਗੁਣ ਨੇ ਆਪਾਂ ਪਿਛਲੀ ਵਾਰ ਵੀ ਗੱਲਬਾਤ ਕੀਤੀ ਸੀ ਇਹ ਬਾਰੇ ਵੀ ਕਿਹੜੇ ਗੁਣ ਨੇ ਜੋ ਹੋਣੇ ਚਾਹੀਦੇ ਨੇ ਸਾਡੇ ਅੰਦਰ ਕਾਮਯਾਬ ਬਣਨ ਲਈ ਇਹਦੇ 'ਤੇ ਥੋੜ੍ਹਾ ਜਿਹਾ ਤੁਸੀਂ ਵੱਡਾ ਪਾਓ ਮੈਂ ਤੁਹਾਨੂੰ ਆਪਣੇ ਮਦਰ ਦਾ ਐਗਜ਼ਾਮਪਲ ਦੇਣਾ ਉਹਨਾਂ ਦੇ ਫਾਦਰ ਨੂੰ ਕੈਂਸਰ ਹੋ ਗਿਆ ਸੀਗਾ ਅਤੇ ਉਹਨਾਂ ਨੂੰ ਸੋ ਮੇਰੇ ਗ੍ਰੈਂਡ ਫਾਦਰ ਨੂੰ ਉਹਨਾਂ ਨੂੰ ਲੈ ਗਏ ਟਾਟਾ ਹੋਸਪਿਟਲ ਐਂਡ ਮੇਰੇ ਮਦਰ ਕਾਫੀ ਛੋਟੇ ਸੀਗੇ ਅਤੇ ਉਸ ਟਾਈਮ 'ਤੇ ਉਹਨਾਂ ਨੇ ਦੇਖਿਆ ਕਿ ਜੋ ਲੋਕ ਡਾਕਟਰਸ ਦੇ ਨਜ਼ਦੀਕ ਹੈਗੇ ਹੈ ਉਹ ਕਿੰਨਾ ਇੰਪੋਰਟੈਂਟ ਹੈ ਰੋਲ ਡਾਕਟਰਸ ਪਲੇ ਕਰ ਰਹੇ ਇੱਥੇ ਅਤੇ ਬਾਕੀ ਰਿਸ਼ਤੇਦਾਰਾਂ ਨੇ ਵੀ ਉਹਨਾਂ ਨੂੰ ਕਿਹਾ ਕਿ ਦੇਖੋ ਇਹ ਤੋਂ ਫੈਮਿਲੀ ਡਾਕਟਰਸ ਕਾ ਕਿਤਨੀ ਇੰਪੋਰਟੈਂਸ ਹੋਤੀ ਹੈ ਯਹਾਂ ਪੇ ਔਰ ਇੱਕ ਡਾਕਟਰ ਕਿਤਨੀ ਅੱਛੀ ਤਰ੍ਹਾਂ ਸੇ ਜ਼ਿੰਦਗੀਆਂ ਬਚਾ ਸਕਤਾ ਹੈ ਬਹੁਤ ਛੋਟੇ ਥੇ ਮੇਰੇ ਮਦਰ ਅਤੇ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਠੀਕ ਹੈ ਮੈਂ ਡਾਕਟਰ ਬਣਨਾ ਬਹੁਤ ਛੋਟੀ ਦੀ ਉਮਰ 'ਚ ਜਦੋਂ ਘਰ ਵਾਪਸ ਆਏ ਕਿਸੇ ਨੂੰ ਕਹਿਣਾ ਨਹੀਂ ਪਿਆ ਕਿ ਤੁਸੀਂ ਹੁਣ ਤੋਂ ਹਾਰਡ ਵਰਕ ਕਰੋ ਤੁਸੀਂ ਹੁਣ ਤੋਂ ਸਵੇਰੇ ਜਲਦੀ ਉੱਠੋ ਫੋਕਸ ਰੱਖੋ ਆਪਣੇ ਗੋਲ 'ਤੇ ਇਹ ਸਾਰੇ ਉਹ ਫੈਕਟਰਸ ਹੁੰਦੇ ਜੋ ਦੁਨੀਆ ਕਹਿੰਦੀ ਆਪਣੇ ਬੱਚਿਆਂ ਨੂੰ ਕਿ ਤੁਸੀਂ ਇੰਝ ਕਰੋ ਤੁਸੀਂ ਇੰਝ ਕਰੋ ਮਗਰ ਜਿੰਝ ਕਿਸੇ ਪੰਛੀ ਨੂੰ ਕਹਿਣਾ ਨਹੀਂ ਪੈਂਦਾ
कि तू उठ सवेरे, तू जाके हुन अपना खाना लभ। ओनू एवं नहीं कहना पैंदा कि तू अपने बच्चियां वास्ते लिया, आपे करदा नैचुरली करदा, आकस्मिक नैचुरली हो जांदा। इवन तुसी एक डॉग दा भी एग्जांपल ले लो, उन्हें आपे जाके अपना खाना लभना है। सो जो भी असीं फैक्टर्स लभदे आ कामयाबी दे, एक्चुअली ओ फैक्टर्स लभण दी सानू लोड़ ही नहीं हैगी। अच्छा, ओ नैचुरल हैगे साडे जीवन च, ते असीं अननैचुरल जीवन क्यों जीवे, असीं ओ क्यों करिए जो साडे दिल दी आवाज नहीं कह रही। सो इंपॉर्टेंट है जब तुहाडी दिल दी आवाज कहेगी कि ओ सारे गुण जो चाहिए होंगे कामयाबी वास्ते वो इंज आ जाएंगे। आप पिछली बार गल भी की सी कि करियर बारे, तुसी वो बहुत ही क्लियरिटी नाल समझाया सी कि किद्दा अपना करियर चूज करना है और अपने गोल्स नू अचीव करना है। पर हुन मान लो आप करियर भी चूज कर लिया है, सब है, फिर भी बहुत मेहनत करन तो बाद भी बहुत लोग अनसक्सेसफुल हो जाते या हार जाते हैं या वो मुकाम नहीं पा पाते कामयाबी का जो होना चाहिए, जो चाहते कि हाँ मैं इतने पहुँचना चाहता पर फिर भी नहीं पहुँच पाते। एक होर चीज़ ये जुड़ी हुई है जिन्होंने आप कहने लक, जिदे मैं लगता है बहुत सारे लोग कहते यार ऐसा लकी सी तो हो गया, नहीं तो इन्नी मेहनत तो कुछ खास की नहीं। ਇਹਦੇ ਬਾਰੇ ਤੁਸੀਂ ਮੈਨੂੰ ਕਲੀਅਰ ਦੱਸੋ ਕਿ ਲੱਕ ਫੈਕਟਰ ਵੀ ਹੈ ਜਾਂ ਸਿਰਫ ਹਾਰਡ ਵਰਕ ਹੀ ਤੁਹਾਨੂੰ ਆਪਣਾ ਲੱਕ ਅਚੀਵ ਕਰਵਾਉਂਦਾ ਹੈ। ਅਸੀਂ ਉਹ ਦੇਖਦੇ ਹਾਂ ਅਤੇ ਉਹ ਸੋਚਦੇ ਹਾਂ ਜੋ ਸਾਡੇ ਹੱਥ ਵਿੱਚ ਹੈਗਾ। ਹੁਣ ਸਾਡੇ ਹੱਥ ਵਿੱਚ ਹੈਗਾ ਕਿ ਅਸੀਂ ਆਪਣੇ ਦਿਲ ਦੀ ਭਾਵਨਾ ਨਾਲ ਰਾਈਟ ਟਰੈਕ 'ਤੇ ਜਾਈਏ, ਅਤੇ ਜਦ ਅਸੀਂ ਅਸਲੀ ਰਾਈਟ ਟਰੈਕ 'ਤੇ ਹੋਵਾਂਗੇ ਤਾਂ ਓਬਵੀਅਸਲੀ ਸਾਡੇ ਵਿੱਚ ਉਹ ਸਾਰੇ ਗੁਣ ਆ ਜਾਣਗੇ। ਹੁਣ ਉਹਦੇ ਬਾਅਦ ਕੀ ਹੁੰਦਾ, ਜ਼ਰੂਰ ਤੁਹਾਡੇ ਲੱਕ ਮੈਟਰ ਕਰਦਾ ਹੈ, ਮਗਰ ਲੱਕ ਦਾ ਮਤਲਬ ਹੈ ਕਿ ਜਿੰਨਾ ਤੋਂ ਤੁਸੀਂ ਪਾਸਟ ਕੀਤਾ ਹੋਏਗਾ ਉਹੀ ਤੁਹਾਡੇ ਅੱਗੇ ਆ ਜਾਣਾ। ਲੱਕ ਨੂੰ ਹਾਲਾਂਕਿ ਵੈਸਟਰਨ ਕਲਚਰ 'ਚ ਜਿੰਝ ਅਸੀਂ ਕਾਰਮਿਕ ਅਕਾਊਂਟ ਮੰਨਦੇ ਹਾਂ, ਵੈਸਟਰਨ ਕਲਚਰ 'ਚ ਨਹੀਂ ਵੀ ਇੰਨਾ ਮੰਨਦੇ, ਬਟ ਜੋ ਸਾਡੀ ਕਲਚਰ ਮੰਨਦੀ ਹੈ, ਸਾਡਾ ਅਧਿਆਤਮ ਮੰਨਦਾ ਹੈ ਕਿ ਜੋ ਤੁਸੀਂ ਕਰਮ ਕਰਦੇ ਹੋ ਉਹਦਾ ਫਲ ਤੁਹਾਨੂੰ ਮਿਲਦਾ ਹੀ ਹੈ। ਅੱਛਾ, ਸੋ ਲੱਕ ਉਹੀ ਹੈ ਜੋ ਤੁਸੀਂ ਕਰਮ ਕੀਤੇ ਹੈ ਹੁਣੇ ਜਾਂ ਇਨ ਦਾ ਪਾਸਟ, ਉਹ ਅੱਗੇ ਜਾ ਕੇ ਉਹਦਾ ਰਿਜ਼ਲਟ ਕਦੇ ਬਹੁਤ ਜਲਦੀ ਆਉਂਦਾ, ਕਦੇ ਬਹੁਤ ਦੇਰ ਬਾਅਦ ਆਉਂਦਾ। ਜੇ ਨਾਲ ਦੀ ਨਾਲ ਆ ਜਾਏ ਤਾਂ ਤੁਹਾਨੂੰ ਲੱਗੇਗਾ ਮੇਰੇ ਹਾਰਡਵਰਕ ਕਰਕੇ, ਜੇ ਬਹੁਤ ਦੇਰ ਬਾਅਦ ਸਡਨਲੀ ਤੁਹਾਨੂੰ ਕੋਈ ਗੇਨ ਹੋਏਗਾ ਤੁਸੀਂ ਸੋਚੋਗੇ ਤਾਂ ਜ਼ਰੂਰ ਲੱਕੀ ਹੈ। ਮਤਲਬ ਅੱਛੇ ਕਰਮਾਂ ਦਾ ਜੋ ਫਲ ਮਿਲੇਗਾ ਉਹ ਲੱਕ ਦੀ ਤਰ੍ਹਾਂ ਤੁਹਾਡੇ ਸਾਹਮਣੇ ਆ ਜਾਂਦਾ ਹੈ। ਸਾਨੂੰ ਲੱਕ ਨੂੰ ਦੇਖਣ ਦੀ ਲੋੜ ਨਹੀਂ ਹੈ, ਜੇ ਆ ਗਿਆ ਠੀਕ ਹੈ, ਜ਼ਿਆਦਾ ਆਇਆ ਠੀਕ ਹੈ, ਅਸੀਂ ਆਪਣੇ ਨੂੰ ਦੇਖੀਏ ਕਿ ਅਸੀਂ ਕੀ ਕਰਨਾ। ਪਰ ਬਹੁਤ ਸਾਰੇ ਲੋਕ ਉਹਦੇ 'ਤੇ ਡਿਪੈਂਡ ਵੀ ਹੋ ਜਾਂਦੇ ਆ ਔਰ ਫਿਰ ਬਾਕੀ ਚੀਜ਼ਾਂ 'ਚ ਵੀ ਫਸ ਜਾਂਦੇ ਹੈ, ਜਿਵੇਂ ਅੱਜ ਕੱਲ੍ਹ ਨਿਊਮਰੋਲੋਜੀ, ਐਸਟ੍ਰੋਲੋਜੀ, ਪੰਡਤਾਂ ਦੇ ਚੱਕਰ 'ਚ ਫਸ ਜਾਂਦੇ ਆ ਇਹਨਾਂ ਸਭ ਚੀਜ਼ਾਂ 'ਚ ਵੀ ਕਾਮਯਾਬੀ ਨਹੀਂ ਮਿਲ ਰਹੀ, ਹੁਣ ਕੁਛ ਉਪਾਅ ਦੱਸੋ ਵੀ ਕਿੱਦਾਂ ਲੱਕ ਆਵੇ ਮੇਰੇ ਕੋਲ ਔਰ ਮੈਂ ਕਾਮਯਾਬ ਹੋ ਜਾਵਾਂ, ਇਹਦੇ ਬਾਰੇ ਦੱਸੋ ਤੁਸੀਂ। ਇਹ ਕਿ ਉਹ ਫਿਰ ਹੁਣ ਅਸੀਂ ਕੀ ਕਰ ਸਕਦੇ ਉਹਦੇ ਬਾਰੇ, ਜੇ ਕੋਈ ਉਸ ਟਰੈਕ 'ਤੇ ਚਲਾ ਗਿਆ ਉਹ ਫਿਰ ਉਹਨੂੰ ਥੋੜ੍ਹਾ ਬਹੁਤਾ ਦੁੱਖ ਵੀ ਵਿੱਚ ਦੇਖਣਾ ਪਏਗਾ, ਕਿਉਂਕਿ ਉਹ ਡਿਪੈਂਡ ਕਰ ਜਾਏਗਾ, ਉਹ ਦੇਖੇਗਾ ਕਿ ਮੇਰੀ ਜ਼ਿੰਦਗੀ 'ਚ ਕੁਛ ਹੋ ਜਾਏ ਇਹੋ ਜਿਹਾ। ਐਕਚੁਲੀ ਅਸੀਂ ਬਿਲੀਵ ਜੋ ਸਾਨੂੰ ਜੋ ਬਿਲੀਵ ਕਰਦੇ ਹਾਂ ਕਿ ਤੁਸੀਂ ਜੋ ਆਪਣਾ ਜੀਵਨ ਬਣਾਉਣਾ ਹੈ ਤੁਸੀਂ ਆਪੇ ਬਣਾਉਣਾ ਹੈ, ਅਤੇ ਉਸ ਰਾਹ 'ਤੇ ਤੁਰੋ, ਨਿਸ਼ਾਨਾ ਤਾਨ ਕੇ, ਆਹ ਤਰੀਕਾ ਹੈ। ਮਤਲਬ ਜੋ ਕਰਨਾ ਹੈ ਤੁਸੀਂ ਆਪ ਕਰਨਾ ਹੈ, ਕੋਈ ਦੂਸਰਾ ਤੁਹਾਡਾ ਭਾਗ ਨਹੀਂ ਰੱਖ ਸਕਦਾ ਔਰ ਨਾ ਬਦਲ ਸਕਦਾ ਹੈ, ਅਤੇ ਜੋ ਤੁਹਾਨੂੰ ਮਿਲਣਾ ਤੁਹਾਨੂੰ ਮਿਲ ਜਾਣਾ, ਕੋਈ ਰੋਕ ਵੀ ਨਹੀਂ ਸਕਦਾ। ਸਹੀ ਗੱਲ ਹੈ। ਹੁਣ ਕਾਮਯਾਬੀ ਮਿਲ ਗਈ, ਬਹੁਤ ਸਾਰੇ ਇਹੋ ਜਿਹੇ ਵੀ ਲੋਕ ਨੇ ਜੋ ਕਾਮਯਾਬ ਨੇ, ਜਿਨ੍ਹਾਂ ਕੋਲ ਬਹੁਤ ਪੈਸਾ ਵੀ ਹੈ, ਸ਼ੋਹਰਤ ਵੀ ਹੈ ਔਰ ਨਾਮ ਵੀ ਅੱਛਾ ਕਮਾਇਆ ਹੋਇਆ ਹੈ, ਲੇਕਿਨ ਫਿਰ ਵੀ ਅੰਦਰ ਖੁਸ਼ੀ ਨਹੀਂ ਹੈ, ਜਿਹਦੇ ਉੱਪਰ ਸਾਡਾ ਪ੍ਰੋਗਰਾਮ ਬਣਿਆ ਹੋਇਆ ਹੈ, ਉਹ ਅੰਦਰ ਇੱਕ ਖਾਲੀ ਪੰਜਾ ਹੈ, ਉਹ ਕਿਸ ਲਈ ਹੈ? ਇੰਨਾ ਕਾਮਯਾਬ ਹੋਣ ਤੋਂ ਬਾਅਦ ਵੀ, ਜਿੱਦਾਂ ਮੈਂ ਆਮ ਲੋਕ ਦੇਖਦੇ ਹਾਂ ਕਿ ਕਿੰਨਾ ਕਾਮਯਾਬ ਬੰਦਾ ਹੈ, ਕਿੰਨਾ ਖੁਸ਼ ਹੋਏਗਾ, ਪਰ ਜਦੋਂ ਉਹਦੇ ਨਾਲ ਗੱਲ ਕਰੋ ਤਾਂ ਉਹ ਕਹਿੰਦਾ ਯਾਰ ਮੇਰੇ ਕੋਲ ਤਾਂ ਸਭ ਕੁਛ ਹੈ ਪਰ ਪਤਾ ਨਹੀਂ ਫਿਰ ਵੀ ਮੈਂ ਸੈਟਿਸਫਾਈਡ ਨਹੀਂ ਹਾਂ। ਇਹ ਕੀ ਚੀਜ਼ ਹੈ? ਜੋ ਤੁਸੀਂ, ਕਿਉਂਕਿ ਅਸੀਂ ਇਸ ਵੇਲੇ ਹਾਲੇ ਪ੍ਰੋਫੈਸ਼ਨਲ ਕਾਮਯਾਬੀ ਦੀ ਕੁਛ ਹੱਦ ਤੱਕ ਗੱਲ ਕਰ ਰਹੇ ਹਾਂ, ਸੋ ਤੁਸੀਂ ਸਪੋਜ਼ ਇਗਜ਼ਾਮਪਲ ਲਓ, ਸਪੋਜ਼ ਮਦਰ ਟੈਰੇਸਾ ਦਾ ਇਗਜ਼ਾਮਪਲ ਲਓ, ਉਹਨਾਂ ਦੀ ਪ੍ਰੋਫੈਸ਼ਨਲ ਲਾਈਫ, ਉਹਨੂੰ ਪ੍ਰੋਫੈਸ਼ਨ ਮੰਨੋ ਜਾਂ ਜੋ ਵੀ, ਉਹ ਇੱਕ ਨੋਰਮਲ ਨਨ ਸੀਗੇ। ਨੋਰਮਲ ਨਨ ਤੋਂ ਇਹਨਾਂ ਦੇ ਦਿਲ 'ਚ ਭਾਵਨਾ ਆਈ ਕਿ ਨਹੀਂ ਮੇਰੇ ਜੋ ਨੋਰਮਲ ਨਨਰੀ ਹੈ ਮੈਂ ਉਹ ਨਹੀਂ ਕਰਨੀ ਹੈ, ਮੈਂ ਹੁਣ ਉਹ ਬੱਚਿਆਂ ਦੀ ਸੇਵਾ ਕਰਨੀ ਹੈ, ਹੋਮਲੈਸ ਚਿਲਡਰਨ ਦੀ। ਸੋ ਕਿਆ, ਅਤੇ ਉਹਨਾਂ ਨੇ ਆਪਣੇ ਦਿਲ ਦਾ ਇੱਕ ਕੌਜ਼ ਬਣਾ ਲਿਆ ਅਤੇ ਆਪਣੀ ਪੂਰੀ ਰਾਹ ਬਦਲਤੀ, ਜੋ ਕਿ ਇੱਕ ਡਿਵੋਟਿਡ ਕਿਸੇ ਵੀ ਸੰਸਥਾ ਦੀ ਡਿਵੋਟਿਡ, ਬੜਾ ਮੁਸ਼ਕਲ ਹੋਏਗਾ ਉਹਨੂੰ ਆਪਣੇ ਜਾ ਕੇ ਆਪਣੇ ਸੀਨੀਅਰ ਨੂੰ ਕਹਿਣਾ ਕਿ ਮੈਂ ਤੁਹਾਡੀ ਨੋਰਮਲ ਰਾਹ ਨਹੀਂ ਤੁਰਾਂਗੀ, ਹੁਣ ਮੈਂ ਇਹ ਰਾਹ ਬਣਾ ਰਹੀ ਹਾਂ। ਕੋਈ ਕਹਿੰਦੇ ਵੀ ਨਹੀਂ, ਹਿੰਮਤ ਨਹੀਂ ਰੱਖਦੇ। ਹੁਣ ਕਿਆ, ਹੁਣ ਜਦ ਉਹਨਾਂ ਨੇ ਉਹ ਰਾਹ ਬਣਾ ਲਈ, ਕਿਆ ਉਹਨਾਂ ਨੂੰ ਲੱਗ ਸਕਦਾ ਮੈਂ ਖੁਸ਼ ਨਹੀਂ ਹੈਗੀ? ਕਿਉਂਕਿ ਉਹਨਾਂ ਨੇ ਦਿਲ ਦੀ ਇੰਨੀ ਰਾਹ ਬਣਾ ਲਈ। ਠੀਕ ਹੈ ਨਾ, ਹੁਣ ਤੁਸੀਂ ਕੋਈ ਹੋਰ ਵੱਡੇ ਇਗਜ਼ਾਮਪਲ ਲੈ ਲਓ, ਤੁਸੀਂ ਰਤਨ ਟਾਟਾ ਦਾ ਇਗਜ਼ਾਮਪਲ ਲੈ ਲਓ। ਹੁਣ ਰਤਨ ਟਾਟਾ ਨੇ ਨੈਨੋ ਦੀ ਫੈਕਟਰੀ ਲਗਾਈ ਬੰਗਾਲ ਵਿੱਚ,
ਤੁਹਾਨੂੰ ਪਤਾ ਇੰਨੀ ਸਟਰਗਲ ਦੇ ਬਾਅਦ ਉਹਨਾਂ ਨੂੰ ਆਪਣੀ ਫੈਕਟਰੀ ਫਿਰ ਸ਼ਿਫਟ ਕਰਨੀ ਪਈ ਗੁਜਰਾਤ ਵਿੱਚ। ਸਭ ਨੂੰ ਪਤਾ ਹੈ ਮਗਰ ਉਹ ਐਕਚੁਲੀ ਉਹਨਾਂ ਦਾ ਜੋ ਵਿਜ਼ਨ ਹੈ, ਐਕਚੁਲੀ ਵਿਜ਼ਨ ਮੈਟਰ ਕਰਦਾ ਕਿ ਤੁਸੀਂ ਖੁਸ਼ ਹੋਵੋ ਕਿ ਨਹੀਂ, ਤੁਹਾਡੀ ਦਿਲ ਦੀ ਭਾਵਨਾ ਮੈਟਰ ਕਰਦੀ ਹੈ ਕਿ ਤੁਸੀਂ ਖੁਸ਼ ਹੋਵੋਗੇ ਕਿ ਨਹੀਂ। ਜੇ ਤੁਸੀਂ ਇਹ ਦਿਲ ਦੀ ਭਾਵਨਾ ਨੂੰ ਲੈ ਕੇ ਚੱਲੋਗੇ ਤਾਂ ਤੁਹਾਨੂੰ ਦੁੱਖ ਨਹੀਂ ਹੋਏਗਾ, ਕੁਛ ਹੋਰ ਚੀਜ਼ ਲੈ ਲਓਗੇ ਇੱਧਰੋਂ ਉੱਧਰੋਂ ਰੀਜ਼ਨ, ਤਾਂ ਤੁਹਾਨੂੰ ਦੁੱਖ ਹੋ ਜਾਏਗਾ। ਸੋ ਉਹਨਾਂ ਦੇ ਕੇਸ ਵਿੱਚ ਕੀ ਹੋਇਆ, ਉਹਨਾਂ ਦੀ ਵਿਜ਼ਨ ਕੀ ਸੀਗੀ, ਉਹਨਾਂ ਦੀ ਵਿਜ਼ਨ ਸੀਗੀ ਕਿ ਮੈਂ ਇੱਕ ਨੋਰਮਲ ਐਵਰੇਜ ਇਨਸਾਨ ਵਾਸਤੇ ਗੱਡੀ ਬਣਾਉਣੀ ਹੈ। ਇਹਦੇ ਵਾਸਤੇ ਉਹਨਾਂ ਨੂੰ ਫੈਕਟਰੀ ਭਾਵੇਂ ਸ਼ਿਫਟ ਕਰਨੀ ਪਈ, ਸਾਰਾ ਸਟਾਫ ਸ਼ਿਫਟ ਕਰਨਾ ਪਿਆ, ਸਾਰਾ ਇਕੁਪਮੈਂਟ, ਸਾਰੇ ਲੋਸ ਵੀ ਇੰਨਾ ਹੋਇਆ ਹੋਏਗਾ, ਬਟ ਉਹਨਾਂ ਦਾ ਜੋ ਗੋਲ ਸੀ ਉਹ ਕਾਮਯਾਬ ਹੋ ਗਿਆ ਐਂਡ ਹੀ ਵਾਸ ਸੈਟਿਸਫਾਈਡ। ਇਹ ਮੈਟਰ ਕਰਦਾ ਹੈ ਕਿ ਜਦ ਤੁਸੀਂ ਜੋ ਵੀ ਤੁਸੀਂ ਕਰ ਰਹੇ ਹੋ ਉਹ ਤੁਸੀਂ ਕਿਉਂ ਕਰ ਰਹੇ ਹੋ, ਜੇ ਤੁਹਾਡੇ ਉਹ ਕਿਉਂ ਕਰਨ ਦਾ ਰੀਜ਼ਨ ਗਲਤ ਹੈ ਤਾਂ ਤੁਸੀਂ ਦੁਖੀ ਹੋਵੋਗੇ। ਨਾ ਸਪੋਜ਼ ਤੁਸੀਂ ਇੱਕ ਬਿਊਟੀ ਪਾਰਲਰ ਸਪੋਜ਼ ਚਲਾਉਂਦੇ ਹੋਵੋ ਅਤੇ ਤੁਹਾਡਾ ਉਹਦੇ ਵਿੱਚ ਹੋਵੇ ਕਿ ਕਲਾਇੰਟਸ ਆਉਣ, ਬਹੁਤ ਵਧੇ ਕੰਮ, ਸਭ ਨੂੰ ਪਤਾ ਚੱਲ ਜਾਏ ਇਹਦੇ ਬਾਰੇ। ਸੋ ਡੈਫੀਨੇਟਲੀ ਅੱਜ ਕੱਲ੍ਹ ਇਹ ਕੰਮ ਬਹੁਤ ਚੱਲਦੇ ਆ, ਬਿਊਟੀ ਦਾ ਬਿਜ਼ਨਸ ਕਿੰਨਾ ਚੱਲਦਾ। ਸੋ ਕੰਮ ਆਏਗਾ, ਲੋਕ ਹੋਣਗੇ ਅਤੇ ਤੁਸੀਂ ਪੂਰਾ ਦਿਨ ਕੰਮ ਕਰੋਗੇ, ਹੋਰ ਕੰਮ ਵਧੀ ਜਾਏਗਾ। ਬਟ ਇਨ ਦਿਸ ਕੇਸ ਐਂਡ ਵਿੱਚ ਜਾ ਕੇ ਤੁਸੀਂ ਸੋਚੋਗੇ ਮੈਂ ਸਾਰਾ ਕੁਛ ਕਿਸ ਵਾਸਤੇ ਕਰ ਰਹੀ ਹਾਂ, ਉਹ ਖੁਸ਼ੀ ਨਹੀਂ ਆ ਰਹੀ ਮੈਨੂੰ। ਉਹ ਜੋ ਮੋਟੋ ਹੈ ਪਿੱਛੇ ਕਿ ਮੈਂ ਕਿਉਂ ਕਰ ਰਹੀ ਹਾਂ, ਕਿਉਂ ਕਰ ਰਹੀ ਹਾਂ, ਉਹਦਾ ਜਵਾਬ ਹੋਣਾ ਚਾਹੀਦਾ। ਹਾਂ, ਉਹਦਾ ਜਵਾਬ, ਜੇ ਉਹ ਜਵਾਬ ਸਟਰੋਂਗ ਇਨਫ ਨਹੀਂ ਹੈ ਤੇ ਉਹ ਤੁਹਾਡੀ ਕਿਸੇ ਦਿਲ ਦੀ ਬਹੁਤ ਸਟਰੋਂਗ ਭਾਵਨਾ ਦੇ ਕਰਕੇ ਨਹੀਂ ਹੈ ਤੇ ਤੁਸੀਂ ਅੱਗੇ ਜਾ ਕੇ ਫਿਰ ਫੀਲ ਕਰੋਗੇ ਸਭ ਕੁਝ ਹੁੰਦੇ ਹੋਏ ਵੀ ਮੇਰੇ ਜੀਵਨ 'ਚ ਕੁਛ ਨਹੀਂ ਹੈਗਾ। ਪਰ ਮੈਨੂੰ ਇਹ ਲੱਗਦਾ ਹੈ ਕਿ ਉਹ ਜੋ ਕਿਉਂ ਦਾ ਜਵਾਬ ਹੈ ਜ਼ਿਆਦਾਤਰ ਲੋਕਾਂ ਦਾ ਇਹ ਹੋਏਗਾ ਕਿ ਜਾਂ ਮੈਂ ਨਾ ਕਮਾਉਣਾ ਹੈ ਜਾਂ ਮੈਂ ਪੈਸਾ ਕਮਾਉਣਾ ਹੈ। ਪੈਸਾ ਓਬਵੀਅਸਲੀ ਸਾਰੇ ਚਾਹੁੰਦੇ ਆ ਅੱਜ ਦੇ ਜ਼ਮਾਨੇ 'ਚ ਕਿ ਪੈਸਾ ਹੋਏਗਾ ਤਾਂ ਕਾਮਯਾਬੀ ਆਪਣੇ ਆਪ ਹੋਏਗੀ, ਅਤੇ ਦੋ ਮੋਟੋ ਤਾਂ ਨਾਲ ਰਹਿੰਦੇ ਹੀ ਰਹਿੰਦੇ ਨੇ, ਤੀਸਰੇ ਦਾ ਹੋ ਸਕਦਾ ਕੋਈ ਹੋਰ ਸੋਸ਼ਲ ਕੌਜ਼ ਵੀ ਹੋਵੇ ਉਹਦੇ ਨਾਲ ਜੁੜਿਆ, ਪਰ ਇਹ ਦੋ ਮੋਟੋ ਤਾਂ ਨਾਲ ਚੱਲਦੇ ਹੈ ਕਿ ਪੈਸਾ ਵੀ ਕਮਾਉਣਾ ਹੈ ਔਰ ਨਾਮ ਵੀ ਕਮਾਉਣਾ ਹੈ। ਔਰ ਉਸ ਚੱਕਰ 'ਚ ਫਿਰ ਬਹੁਤ ਸਾਰੇ ਇਹੋ ਜਿਹੇ ਕੰਮ ਵੀ ਹੋ ਜਾਂਦੇ ਜੋ ਨਹੀਂ ਕਰਨਾ ਚਾਹੁੰਦੇ। ਇਹ ਦੋਨੋਂ ਮੋਟੋ ਜੋ ਤੁਸੀਂ ਦੱਸੇ ਕਿ ਪੈਸਾ ਹੋ ਜਾਏ, ਨਾਮ ਹੋ ਜਾਏ, ਐਕਚੁਅਲੀ ਬੜੀ ਨੈਚੁਰਲ ਚੀਜ਼ਾਂ ਹੈਗੀਆਂ, ਸਾਨੂੰ ਇਹਨਾਂ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਹੁੰਦੀ। ਜੇ ਅਸੀਂ ਇਹਨਾਂ ਦੇ ਪਿੱਛੇ ਦੌੜਦੇ ਹਾਂ ਤਾਂ ਇਹ ਹੋਰ ਅੱਗੇ ਚੱਲ ਜਾਂਦੀਆਂ। ਅਸੀਂ ਜੋ ਕਰ ਰਹੇ ਹਾਂ ਜਦ ਅਸੀਂ ਉਹਨੂੰ ਆਪਣੇ ਪੂਰੇ ਦਿਲ ਨਾਲ ਕਰ ਰਹੇ ਹਾਂ ਤੇ ਉਹਦੇ ਸਾਡੀ ਪੂਰੀ ਕ੍ਰੀਏਟੀਵਿਟੀ ਇਨਵੋਲਵਡ ਹੈ। ਸੋ ਨੋਰਮਲੀ ਨਾਮ ਬਣਨਾ ਕੋਈ ਵੱਡੀ ਚੀਜ਼ ਨਹੀਂ ਹੈਗੀ। ਇਹਦਾ ਮਤਲਬ ਹੈ ਕਿ ਅਗੇਨ ਤੁਹਾਡੇ ਬਿਊਟੀ ਪਾਰਲਰ ਦੇ ਐਗਜ਼ਾਮਪਲ 'ਤੇ ਆਉਂਦੇ ਹਾਂ, ਸਪੋਜ਼ ਤੁਹਾਡਾ ਖੁਆਇਸ਼ ਇਹ ਹੈਗੀ ਹੈ ਕਿ ਮੈਂ ਉਹ ਐਵਰੇਜ ਲੋਕ ਜੋ ਦੇਖਣ ਨੂੰ ਐਵਰੇਜ ਲੱਗ ਰਹੇ ਹੈ, ਮੇਰਾ ਮੋਟੋ ਹੈ ਕਿ ਮੈਂ ਉਹਨਾਂ ਦੇ ਜੇ ਉਹ ਆਪਣੇ ਆਪ ਨੂੰ ਜ਼ਿਆਦਾ ਸੁੰਦਰ ਦੇਖਣਗੇ ਤਾਂ ਇੱਕ ਖੁਸ਼ੀ ਮਹਿਸੂਸ ਕਰਨਗੇ। ਸੋ ਤੁਹਾਨੂੰ ਜੋ ਚੀਜ਼ ਪੁਸ਼ ਕਰ ਰਹੀ ਹੈ ਉਹ ਇਹ ਹੈਗੀ ਹੈ ਕਿ ਮੈਂ ਉਹ ਖੁਸ਼ੀ ਦੇਖਣਾ ਚਾਹੁੰਦੀ ਹਾਂ ਜੋ ਇੱਕ ਐਵਰੇਜ ਇਨਸਾਨ ਜਿਹਨੂੰ ਆਪਣੇ ਆਪ ਨੂੰ ਸੋਨਾ ਦੇਖ ਲੈਂਦਾ। ਸੋ ਤੁਹਾਨੂੰ ਉਹ ਖੁਸ਼ੀ ਪੁੱਲ ਕਰ ਰਹੀ ਹੈ, ਤੁਹਾਨੂੰ ਉਹਦਾ ਪੈਸਾ ਅਤੇ ਉਹਦਾ ਨਾਮ ਨਹੀਂ ਪੁੱਲ ਕਰ ਰਿਹਾ। ਸੋ ਇਸ ਕੇਸ ਵਿੱਚ ਕਿਉਂਕਿ ਉਹ ਖੁਸ਼ੀ ਤੁਹਾਨੂੰ ਪੁੱਲ ਕਰ ਰਹੀ ਹੈ ਤੁਹਾਡਾ ਅੱਗੇ ਜਾਣ ਦੇ ਚਾਂਸਿਸ ਜ਼ਿਆਦਾ ਹੈਗੇ ਹੈ ਅਤੇ ਤੁਹਾਡਾ ਪ੍ਰੋਫੈਸ਼ਨਲ ਲਾਈਫ ਵਿੱਚ ਦੁੱਖ ਪਾਉਣ ਦੇ ਵੀ ਚਾਂਸਿਸ ਘੱਟ ਹੈਗੇ। ਜਿੰਨੀ ਸਟਰੋਂਗ ਉਹ ਦਿਲ ਦੀ ਭਾਵਨਾ ਹੈਗੀ ਹੈ ਉਹਨਾਂ ਤੁਹਾਡੀ ਲਾਈਫ ਵਿੱਚ ਫੁਲਫਿਲਮੈਂਟ ਹੈਗੀ ਹੈ। ਮੈਂ ਤੁਹਾਨੂੰ ਇਹਦਾ ਫੁਲਫਿਲਮੈਂਟ ਦਾ ਇੱਕ ਸਿੰਪਲ ਪ੍ਰੋਫੈਸ਼ਨਲ ਫੁਲਫਿਲਮੈਂਟ ਦਾ ਐਗਜ਼ਾਮਪਲ ਦੱਸ ਦਿੰਦਾ। ਮੈਂ ਤੁਹਾਨੂੰ ਪਹਿਲੇ ਵੀ ਇੱਕ ਹੋਰ ਦੱਸਿਆ ਐਗਜ਼ਾਮਪਲ, ਮੇਰੇ ਜਿਹੜੇ ਫਾਦਰ ਹੈਗੇ ਹੈ ਜਦੋਂ ਛੋਟੇ ਸੀਗੇ ਪਾਕਿਸਤਾਨ ਵਿੱਚ ਸੀਗੇ, ਸੋ ਉਹਨਾਂ ਦੇ ਜਿਹੜੇ ਉਹਨਾਂ ਦੇ ਫਾਦਰ ਮੇਰੇ ਗ੍ਰੈਂਡ ਫਾਦਰ ਔਨ ਦੈਟ ਸਾਈਡ ਉਹ ਥੋੜ੍ਹੇ ਹਾਰਡ ਆਫ ਹੀਅਰਿੰਗ ਸੀਗੇ, ਮਤਲਬ ਉਹਨਾਂ ਨੂੰ ਕਲੀਅਰਲੀ ਸੁਣਾਈ ਨਹੀਂ ਦਿੰਦਾ ਸੀਗਾ। ਸੋ ਜਿਹਨੂੰ ਸੁਣਾਈ ਨਹੀਂ ਦਿੰਦਾ ਉਹ ਕਲੀਅਰਲੀ ਉਹ ਬੋਲ ਵੀ ਨਹੀਂ ਪਾਉਂਦੇ ਉਹ ਲੋਕ। ਸੋ ਬੜੀ ਮੁਸ਼ਕਿਲ ਹੁੰਦੀ ਸੀ ਉਹਨਾਂ ਨੂੰ ਕਮਿਊਨੀਕੇਟ ਕਰਨ ਨੂੰ, ਕਦੇ ਲਿਖ ਕੇ ਦੱਸਣਾ ਪੈਂਦਾ ਸੀ ਜੋ ਵੀ ਆਪਸ ਕਮਿਊਨੀਕੇਟ ਕਰਦੇ ਸੀਗੇ। ਸੋ ਮੇਰੇ ਫਾਦਰ ਨੇ ਉਹ ਭਾਵਨਾ ਬਣਾ ਲਈ ਕਿ ਮੈਂ ਵੱਡੇ ਹੋ ਕੇ ਡਾਕਟਰ ਤਾਂ ਬਣਾਂਗਾ ਹੀ, ਬਟ ਮੈਂ ਇਹੋ ਜਿਹੇ ਲੋਕਾਂ ਵਾਸਤੇ ਕੰਮ ਕਰਨਾ ਹੈ ਜੋ ਕਿ ਸਪੀਚ ਹੀਅਰਿੰਗ ਥੈਰੇਪੀ ਇਸ ਚੀਜ਼ਾਂ ਵੱਲ ਹੋਣ। ਸੋ ਤੁਹਾਨੂੰ ਪਤਾ ਹੈ ਜੋ ਲੋਕ ਪਾਕਿਸਤਾਨ ਤੋਂ ਇੱਧਰ ਆਏ ਉਹਨਾਂ ਨੂੰ ਕਿੰਨੀ ਹਾਰਡਸ਼ਿਪ ਫੇਸ ਕਰਨੀ ਪੈਂਦੀ ਹੈ। ਬਹੁਤ ਹੁਣ ਇਹੋ ਜਿਹੇ ਇਨਸਾਨ ਨੂੰ ਜਾਂ ਇਹੋ ਜਿਹੇ ਇਨਸਾਨਾਂ ਨੂੰ ਫੁਲਫਿਲਮੈਂਟ ਮਿਲਣਾ ਆਪਣੇ ਕਰੀਅਰ 'ਚ ਬਹੁਤ ਛੋਟੀ ਗੱਲ, ਉਹ ਮਿਲਣੀ ਓ ਮਿਲਣੀ ਹੈ ਕਿਉਂਕਿ ਉਹਨੇ ਸ਼ੁਰੂ ਤੇ ਉਹ ਰਾਈਟ ਕੌਜ਼ ਫੜਿਆ ਆਪਣਾ ਕਰੀਅਰ 'ਚ ਉਹਨਾਂ ਨੂੰ। ਜੇ ਸ਼ੁਰੂ ਦਾ ਤੁਹਾਡਾ ਕੌਜ਼ ਹੋ ਗਿਆ ਕਿ ਸ਼ੁਰੂ 'ਚ ਕਿ ਮੈਂ ਨਾਮ ਕਮਾਉਣਾ ਹੈ, ਸ਼ਾਨ ਕਮਾਉਣਾ ਹੈ, ਸੋ ਤੁਸੀਂ ਅੱਗੇ ਜਾ ਕੇ ਕੰਪੀਟੀਸ਼ਨ ਦੇਖ ਕੇ ਜਾਂ ਜੇ ਤੁਹਾਨੂੰ ਸਕਸੈਸ ਮਿਲ ਵੀ ਗਈ ਹੈ ਉਹ ਸਕਸੈਸ ਮਿਲ ਕੇ ਵੀ ਤੁਸੀਂ ਦੁਖੀ ਹੋ ਜਾਓਗੇ ਕਿਉਂਕਿ ਦੇਖੋਗੇ ਕਿ ਮੈਂ ਕਰ ਹੀ ਕਿਉਂ ਰਿਹਾ, ਮੇਰੇ ਜੀਵਨ 'ਚ ਇਹ ਕੀ ਹੈਗਾ। ਵੈਸੇ ਤੁਹਾਡੀ ਨੀਯਤ ਕਿਹੋ ਜਿਹੀ ਹੈ ਉਸ ਕੰਮ ਨੂੰ ਸ਼ੁਰੂ ਕਰਨ ਲਈ ਉਹ ਵੀ ਬਹੁਤ ਮਾਇਨੇ ਰੱਖਦੀ ਹੈ। ਨੀਯਤ ਤੁਹਾਡੇ ਦਿਲ ਦੀ ਭਾਵਨਾ, ਕੀ ਭਾਵਨਾ ਜਿਹਨੇ ਤੁਹਾਨੂੰ ਟੱਚ ਕੀਤਾ। ਇੱਕ ਹੋਰ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਹੈ ਕਿ ਹੁਣ
ਇਹੋ ਜਿਹੇ ਲੋਕ ਜੋ ਕਾਮਯਾਬ ਹੋ ਗਏ ਨੇ ਔਰ ਉਹ ਬਿਜ਼ਨਸ ਕਰ ਰਹੇ ਨੇ ਜਿਹਦੇ 'ਚ ਉਹਨਾਂ ਨੂੰ ਇੰਟਰਸਟ ਨਹੀਂ ਹੈ? ਤੁਸੀਂ ਕਿਹਾ ਕਿ ਇੰਟਰਸਟ ਵਾਲਾ ਬਿਜ਼ਨਸ ਹੋਣਾ ਚਾਹੀਦਾ ਹੈ ਜੋ ਜਿੰਨਾ 'ਚ ਉਹਨਾਂ ਨੂੰ ਰੁਚੀ ਹੈ, ਪਰ ਉਹ ਹੁਣ ਇਹੋ ਜਿਹਾ ਕੰਮ ਕਰ ਰਹੇ ਜਿਹਦੇ 'ਚ ਉਹਨਾਂ ਨੂੰ ਇੰਟਰਸਟ ਨਹੀਂ ਹੈ ਬਟ ਕਾਮਯਾਬ ਹੋ ਗਏ ਨੇ, ਇੰਜੋਏ ਨਹੀਂ ਕਰ ਪਾ ਰਹੇ, ਉਹ ਕਿੱਦਾਂ ਹੁਣ ਉਸੇ ਕੰਮ ਨੂੰ ਛੱਡ ਤਾਂ ਨਹੀਂ ਸਕਦੇ, ਤਾਂ ਉਸੇ ਕੰਮ ਨੂੰ ਹੁਣ ਕਿੱਦਾਂ ਇੰਜੋਏ ਕਰਨ ਨੂੰ? ਪ੍ਰੈਕਟੀਕਲੀ ਜਦੋਂ ਆਪਣੇ ਆਪ ਨੂੰ ਜਾਣਨਗੇ, ਕਈ ਬਹੁਤ ਸਾਰੇ ਇਨਸਾਨ ਜੋ ਬਿਜ਼ਨਸ ਆਪਣਾ ਨਹੀਂ ਬਦਲ ਸਕਦੇ, ਕਰੀਅਰ ਨਹੀਂ ਵੀ ਬਦਲ ਸਕਦੇ ਪ੍ਰੈਕਟੀਕਲੀ ਦੇਖੋ ਤੇ ਫਿਰ ਜਦੋਂ ਆਪਣੇ ਆਪ ਨੂੰ ਜਾਣਨਗੇ ਤੇ ਉਹਨਾਂ ਦੇ ਦਿਲ ਦੀ ਜੋ ਖੁਸ਼ੀ ਹੋਏਗੀ ਉਹ ਖੁਸ਼ੀ ਉਹਨਾਂ ਦੇ ਹਰ ਕਾਰਜ ਵਿੱਚ ਰਿਫਲੈਕਟ ਕਰਨੀ ਸ਼ੁਰੂ ਕਰ ਦੇਗੀ, ਜੋ ਵੀ ਉਹ ਕਰਨਗੇ ਉਹਦੇ ਵਿੱਚ ਵੀ ਉਹਨਾਂ ਨੂੰ ਖੁਸ਼ੀ ਮਿਲਣੀ ਹੋ ਜਾਏਗੀ। ਇਹ ਵੀ ਤਰੀਕਾ ਹੈਗਾ ਖੁਸ਼ੀ ਲੱਭਣ ਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਪੂਰੀ ਚਰਚਾ ਲਈ, ਥੈਂਕ ਯੂ ਸੋ ਮਚ, ਧੰਨਵਾਦ। ਓਮ ਸ਼ਾਂਤੀ। ਦੋਸਤੋ, ਅੱਜ ਅਸੀਂ ਦੇਖਿਆ ਕਾਮਯਾਬੀ ਸਿਰਫ ਕਾਮਯਾਬੀ ਪੈਸਾ ਕਮਾਉਣਾ ਜਾਂ ਸ਼ੋਹਰਤ ਕਮਾਉਣਾ ਜਾਂ ਨਾਮ ਕਮਾਉਣਾ ਨਹੀਂ ਹੈ, ਇਸ ਤੋਂ ਵੀ ਅੱਗੇ ਜੋ ਤੁਹਾਡਾ ਖੁਦ ਦਾ ਸੈਟਿਸਫੈਕਸ਼ਨ, ਤੁਹਾਡੀ ਅੰਦਰ ਦੀ ਜੋ ਭਾਵਨਾ ਹੈ, ਤੁਹਾਡੀ ਅੰਦਰ ਦੀ ਨੀਅਤ, ਤੁਹਾਡੇ ਅੰਦਰ ਦੀ ਸੰਤੁਸ਼ਟਤਾ ਜੋ ਹੈ, ਉਹ ਤੁਹਾਡੀ ਅਸਲੀ ਕਾਮਯਾਬੀ ਹੈ। ਮਿਲਦੇ ਹਾਂ ਅਗਲੀ ਕੜੀ 'ਚ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਆਪਣੇ ਸੁਝਾਵ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 8094994437, ਈਮੇਲ punjabi.gws@gmail.com। ਸੱਚੇ ਦਿਲ ਤੇ ਸਾਹਿਬ ਰਾਜੀ ਹੁੰਦੇ ਨੇ, ਨਈਆ ਜਗ ਦੀ ਉਹੀ ਪਾਰ ਲਗਾਉਂਦੇ ਨੇ। ਸੱਚੇ ਦਿਲ